ਕਹਿੰਦਾ ਉਹਨਾਂ ਦੇ ਹੱਥ ਵੀ ਹਨ ਪਰ ਉਹ ਫੜਦੇ ਨਹੀਂ, ਉਹਨਾਂ ਦੇ ਪੈਰ ਵੀ ਹਨ ਪਰ ਉਹ ਚੱਲਦੇ ਨਹੀਂ, ਉਹਨਾਂ ਦੇ ਸਾਰਾ ਕੁਛ ਲੱਗਾ ਪਰ ਆਪਾਂ ਨੂੰ ਉਹਨਾਂ ਨੇ ਫੜਨਾ ਨਹੀਂ ਗਾ। ਜਿੱਥੇ ਮਰਜ਼ੀ ਤੁਰੇ ਜਾਓ, ਮੱਟੀਆਂ ਪੂਜਦੇ ਮਰਜ਼ੀ ਕੁਛ ਕਰੀ ਜਾਓ, ਕਿਸੇ ਨੇ ਨਹੀਂ ਫੜਨਾ। ਜਦੋਂ ਆਪਾਂ ਪਰਮੇਸ਼ਰ 'ਚ ਆ ਜਾਂਦੇ ਹਾਂ ਉਹ ਆਪਾਂ ਨੂੰ ਆਪਣੀ ਚਾਲ 'ਚ ਵੀ ਫਰਕ ਪਾਉਂਦਾ ਵੀ ਤੂੰ ਇਸ ਥਾਂ ਨਹੀਂ ਜਾਣਾ, ਤੂੰ ਇਸ ਥਾਂ ਜਾਣਾ। ਹਾਲੇ ਲੋਈਆ ਆਪਣਾ ਕੀ ਹੁੰਦਾ ਵੈ ਅੰਦਰੋਂ ਆਪਾਂ ਨੂੰ ਹੁੰਦਾ ਵੀ ਖਣੀ ਉਹੀ ਮੇਰੀ ਪੁਕਾਰ ਸੁਣੂਗਾ, ਮਟੀ ਵਾਲਾ ਬਾਬਾ ਹੋ ਗਿਆ ਕੁਛ ਵੀ ਹੋ ਗਿਆ, ਪਰ ਨਹੀਂ ਉਹਨਾਂ ਨੇ ਆਪਣਾ ਨਹੀਂ ਸੁਣਨਾ ਕੁਛ ਵੀ। ਆਪਣੇ ਇੰਨੇ ਸਾਲਾਂ ਦੀ ਸੁਣੀ ਆ ਕਿਸੇ ਉਹਨਾਂ ਨੇ, ਆਪਾਂ ਉੱਥੇ ਮੱਥੇ ਵੀ ਰਗੜਦੇ ਰਹੇ ਨਹੀਂ ਸੁਣੇਗੇ। ਹਾਲੇ ਲੋਈਆ ਪਰਮੇਸ਼ਵਰ ਹੀ ਸੁਣ ਸਕਦਾ ਵੈ, ਪਰਮੇਸ਼ਵਰ ਤੋਂ ਵੱਡਾ ਕੋਈ ਨਹੀਂ ਗਾ। ਹਾਲੇ ਲੋਈਆ ਕਹਿੰਦਾ ਉਹਨਾਂ ਦੇ ਬੁੱਤ ਸੋਨਾ ਚਾਂਦੀ ਹਨ, ਉਹ ਇਨਸਾਨ ਦੇ ਹੱਥਾਂ ਦੀ ਬਣਾਵਟ ਹਨ। ਜਿਹੜੇ ਆਪਾਂ ਮਟੀਆਂ ਮਸਾਣੀਆਂ ਬਣਾ ਲੈਣ, ਉਹ ਕੌਣ ਬਣਾਉਂਦਾ ਵੈ? ਇਨਸਾਨ ਬਣਾਉਂਦਾ। ਹਾਲੇ ਲਈ ਆਪਾਂ ਨੂੰ ਕਿਹਨੇ ਬਣਾਇਆ ਵੈ? ਆਪਾਂ ਨੂੰ ਪਰਮੇਸ਼ਵਰ ਨੇ। ਆਪਾਂ ਫਿਰ ਕਿਹਦੀ ਪੂਜਾ ਕਰਨੀ ਜਿਹੜੇ ਹੱਥਾਂ ਨਾਲ ਬਣਾਏ? ਉਹਦੀ ਕਰਨੀ ਹੈ ਕਿ ਜਿਹਨੇ ਆਪਾਂ ਨੂੰ ਬਣਾਇਆ ਆਪਾਂ ਉਹਦੀ ਕਰਨੀ ਹੈ? ਜਿਹਨੇ ਆਪਾਂ ਨੂੰ ਬਣਾਇਆ ਆਪਾਂ ਉਹਦਾ ਹੀ ਨਾਮ ਦੀ ਮਹਿਮਾ ਕਰਨੀ ਹੈ। ਹਾਲੇ ਲਈ ਆ ਕਹਿੰਦਾ ਉਹ ਮੂੰਹੋਂ ਤਾਂ ਬੋਲਦੇ ਹਨ ਪਰ ਉਹ ਕਹਿੰਦਾ ਉਹਨਾਂ ਦੇ ਮੂੰਹ ਤਾਂ ਹਨ ਪਰ ਉਹ ਮੂੰਹੋਂ ਬੋਲਦੇ ਨਹੀਂ। ਹਾਲੇ ਲਈ ਆਪਾਂ ਕੋਈ ਮੂਰਤੀ ਲਿਆ ਕੇ ਰੱਖ ਲਈ, ਉਹ ਬੋਲੂਗੀ ਮੂੰਹੋਂ? ਨਹੀਂ ਬੋਲਦੇ। ਉਹਦਾ ਮੂੰਹ ਤਾਂ ਲੱਗਾ ਪਰ ਉਹ ਨਹੀਂ ਬੋਲ ਸਕਦੀ, ਪਰਮੇਸ਼ਵਰ ਹੀ ਬੋਲ ਸਕਦਾ। ਹਾਲੇ ਲਈ ਆ ਕਹਿੰਦਾ ਉਹਨਾਂ ਦੀਆਂ ਅੱਖਾਂ ਤਾਂ ਹਨ ਪਰ ਉਹ ਵੇਖਦੇ ਨਹੀਂ। ਆਪਾਂ ਕੋਈ ਜਦੋਂ ਆਪਾਂ ਉਹਨੂੰ ਪੁਕਾਰਾਂਗੇ ਉਹ ਆਪਾਂ ਨੇ ਨਾ ਕੇ ਗੱਲਾਂ ਕਰੂਗਾ ਜਾਂ ਆਪਾਂ ਨੂੰ ਵੇਖੂਗਾ? ਨਹੀਂ, ਉਹ ਤਾਂ ਮੂਰਤੀਆਂ ਹੀ ਰਹਿ ਜਾਂਦੀਆਂ। ਹਾਲੇ ਲਈ ਆ ਸਰ ਪਰਮੇਸ਼ਵਰ ਜਿਹਨੇ ਆਪਣੀਆਂ ਅੱਖਾਂ ਲਾਈਆਂ, ਜਿਹਨੇ ਆਪਣੇ ਨਾਲ ਮੂੰਹ ਲਾਇਆ ਆਪਣੇ, ਉਹ ਆਪਣੇ ਨਾਲ ਗੱਲਾਂ ਜ਼ਰੂਰ ਕਰੂਗਾ। ਹਾਲੇ ਲਈ ਆ ਕਹਿੰਦਾ ਉਹਨਾਂ ਦੇ ਨੱਕ ਤਾਂ ਹਨ, ਉਹਨਾਂ ਦੇ ਕੰਨ ਤਾਂ ਹਨ ਪਰ ਉਹ ਸੁਣਦੇ ਨੇ। ਉਹਨਾਂ ਦੇ ਕੰਨ ਵੀ ਲੱਗੇ ਪਰ ਉਹ ਆਪਣੀ ਆਵਾਜ਼ ਨੂੰ ਨਹੀਂ ਸੁਣਦੇ। ਹਾਲੇ ਲਈ ਆ ਇਕੱਲਾ ਪਰਮੇਸ਼ਵਰ ਅੱਗੇ ਜਦੋਂ ਆਪਾਂ ਪੁਕਾਰਦੇ ਉਹੀ ਆਪਣੀ ਆਵਾਜ਼ ਨੂੰ ਸੁਣਦਾ। ਹਾਲੇ ਲਈ ਆ ਕਹਿੰਦਾ ਉਹਨਾਂ ਦੇ ਨੱਕ ਤਾਂ ਹਨ ਪਰ ਉਹ ਸੁੰਘਦੇ ਨਹੀਂ। ਉਹਨਾਂ ਦੇ ਨੱਕ ਵੀ ਲੱਗੇ, ਸਭ ਕੁਛ ਉਹਨਾਂ ਦੇ ਲੱਗਾ ਵੈ ਪਰ ਉਹ ਨਹੀਂ ਸੁੰਘ ਸਕਦੇ। ਹਾਲੇ ਲਈ ਆ ਪਰਮੇਸ਼ਵਰ ਜਿਹਨੇ ਆਪਣੀਆਂ ਅੱਖਾਂ ਲਾਈਆਂ ਉਹਦੇ ਵੀ ਲੱਗੇ, ਉਹ ਆਪਣੀਆਂ ਅੰਗ ਆਪਣੇ ਕਿਹਨੇ ਲਾਏ ਆ? ਪਰਮੇਸ਼ਵਰ ਨੇ ਲਾਏ ਆ। ਹਾਲੇ ਲਈ ਆ ਜਦੋਂ ਆਪਾਂ ਮਟੀਆਂ ਦੇ ਮੂਹਰੇ ਜਾ ਕੇ ਮੱਥੇ ਟੇਕਾਂਗੇ ਆਪਣੀ ਸੁਣਨਗੇ, ਉੱਥੇ ਕੀ ਹੋਊਗਾ? ਉੱਥੇ ਕੁਛ ਵੀ ਨਹੀਂ ਹੋਣਾ। ਇਹ ਆਪਣਾ ਕੀ ਹੁੰਦਾ ਵੈ ਅੰਦਰੋਂ ਆਪਾਂ ਨੂੰ ਹੁੰਦਾ ਵੀ ਖਣੀ ਉਹੀ ਮੇਰੀ ਪੁਕਾਰ ਸੁਣੂਗਾ, ਮਟੀ ਵਾਲਾ ਬਾਬਾ ਹੋ ਗਿਆ ਕੁਛ ਵੀ ਹੋ ਗਿਆ, ਪਰ ਨਹੀਂ ਉਹਨਾਂ ਨੇ ਆਪਣਾ ਨਹੀਂ ਸੁਣਨਾ ਕੁਛ ਵੀ। ਆਪਣੇ ਇੰਨੇ ਸਾਲਾਂ ਦੀ ਸੁਣੀ ਆ ਕਿਸੇ ਉਹਨਾਂ ਨੇ, ਆਪਾਂ ਉੱਥੇ ਮੱਥੇ ਵੀ ਰਗੜਦੇ ਰਹੇ ਨਹੀਂ ਸੁਣੇਗੇ। ਹਾਲੇ ਲਈ ਆ ਪਰਮੇਸ਼ਵਰ ਹੀ ਸੁਣ ਸਕਦਾ ਵੈ, ਪਰਮੇਸ਼ਵਰ ਤੋਂ ਵੱਡਾ ਕੋਈ ਨਹੀਂ ਗਾ। ਹਾਲੇ ਲਈ ਆ ਕਹਿੰਦਾ ਉਹਨਾਂ ਦੇ ਹੱਥ ਵੀ ਹਨ ਪਰ ਉਹ ਫੜਦੇ ਨਹੀਂ, ਉਹਨਾਂ ਦੇ ਪੈਰ ਵੀ ਹਨ ਪਰ ਉਹ ਚੱਲਦੇ ਨਹੀਂ, ਨਾ ਉਹ ਆਪਣੇ ਸੰਗ ਤੋਂ ਹੰਗਾਰਾ ਦਿੰਦੇ ਹਨ। ਉਹਨਾਂ ਦੇ ਸਾਰਾ ਕੁਛ ਲੱਗਾ ਪਰ ਆਪਾਂ ਨੂੰ ਉਹਨਾਂ ਨੇ ਫੜਨਾ ਨਹੀਂ ਗਾ। ਜਿੱਥੇ ਮਰਜ਼ੀ ਤੁਰੇ ਜਾਓ, ਮਟੀਆਂ ਪੂਜਦੇ ਮਰਜ਼ੀ ਕੁਛ ਕਰੀ ਜਾਓ, ਕਿਸੇ ਨੇ ਨਹੀਂ ਫੜਨਾ। ਜਦੋਂ ਆਪਾਂ ਪਰਮੇਸ਼ਵਰ 'ਚ ਆ ਜਾਂਦੇ ਹਾਂ ਉਹ ਆਪਾਂ ਨੂੰ ਆਪਣੀ ਚਾਲ 'ਚ ਵੀ ਫਰਕ ਪਾਉਂਦਾ ਵੀ ਤੂੰ ਇਸ ਥਾਂ ਨਹੀਂ ਜਾਣਾ, ਤੂੰ ਇਸ ਥਾਂ ਜਾਣਾ। ਹਾਲੇ ਲਈ ਆ ਉਹ ਆਪਾਂ ਨੂੰ ਸਿੱਧੇ ਰਾਹ ਤੋਰਦਾ, ਤੂੰ ਆਹ ਕੰਮ ਛੱਡ ਦੇ ਆਹ ਕੰਮ ਕਰਨੇ, ਸੱਚਮੁੱਚ ਉਹ ਆਪਾਂ ਨੂੰ ਆਪਣੀ ਗਵਾਹੀ ਕਰਦਾ ਵੈ। ਹਾਲੇ ਲਈ ਆ ਕਹਿੰਦਾ ਉਹਨਾਂ ਦੇ ਬਣਾਉਣ ਵਾਲੇ ਉਹਨਾਂ ਹੀ ਵਰਗੇ ਹੋਣਗੇ, ਨਾਲੇ ਉਹ ਸਾਰੇ ਜਿਹੜੇ ਉਹਨਾਂ ਉੱਤੇ ਭਰੋਸਾ ਰੱਖਦੇ ਹੋਣਗੇ। ਹਾਲੇ ਲਈ ਆ ਭਰੋਸਾ ਜਿਹੜੇ ਰੱਖਦੇ, ਕਹਿੰਦੇ ਉਹ ਵੀ ਉਹਨਾਂ ਵਰਗੇ ਜਿਨ੍ਹਾਂ ਨੇ ਬਣਾਏ, ਉਹ ਵੀ ਉਹਨਾਂ ਵਰਗੇ। ਆਪਣਾ ਭਰੋਸਾ ਕਿਹਦੇ 'ਤੇ ਹੋਣਾ ਚਾਹੀਦਾ ਵੈ? ਜਿੰਦਾ ਖੁਦਾ 'ਤੇ, ਪਰਮੇਸ਼ਵਰ 'ਤੇ ਹੋਣਾ ਚਾਹੀਦਾ ਵੈ, ਯਹੋਵਾ 'ਤੇ ਹੋਣਾ ਚਾਹੀਦਾ ਆਪਣਾ ਭਰੋਸਾ, ਫਿਰ ਆਪਾਂ ਨਹੀਂ ਡੋਲਾਂਗੇ। ਹਾਲੇ ਲਈ ਆ